ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਦਿਨੋ ਦਿਨ ਕੀਮਤਾਂ ਨੇ ਜਿੱਥੇ ਆਮ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ ਤਾਂ ਉੱਥੇ ਹੀ ਕਿਸਾਨ ਵੀ ਪਰੇਸ਼ਾਨ ਹਨ ਕਿਉਂਕਿ ਝੋਨੇ ਦੀ ਬਿਜਾਈ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਚੁੱਕਿਆ ਹੈ ਪਰ ਵੱਧਦੇ ਡੀਜ਼ਲ ਦੀਆਂ ਕੀਮਤਾਂ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਜਿਸ ਦੇ ਤਹਿਤ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਹੀਂ ਇਕੱਲਾ ਅੱਜ ਨਹੀਂ ਵਧਾਇਆ, ਰੋਜ਼ਾਨਾ ਹੀ ਵੱਧ ਰਿਹਾ ਤਕਰੀਬਨ ਆ ਥੋੜ੍ਹੇ ਦਿਨਾਂ ਤੋਂ ਹੀ 6 ਰੁਪਏ ਲੀਟਰ ਦੇ ਕਰੀਬ ਥੋੜ੍ਹੇ ਸਮੇਂ 'ਚ ਮਤਲਬ ਵੱਧ ਚੁੱਕਿਆ ਔਰ ਇਹਦੇ ਨਾਲ ਰੁਕਣ ਵਾਲਾ ਵੀ ਨਹੀਂ ਕਿਉਂਕਿ ਸਰਕਾਰ ਨੇ ਜਿਹੜਾ ਇਹ ਤੋਂ ਕੰਟਰੋਲ ਹੈ ਆਪਣਾ ਉਹ ਖਤਮ ਕਰ ਲਿਆ ਔਰ ਜਿਹੜੀ ਖੁੱਲ੍ਹ ਦੇ ਦਿੱਤੀ ਆ ਕੰਪਨੀਆਂ ਨੂੰ ਲੁੱਟਣ ਦੀ ਇਹ ਬਹੁਤ ਹੀ ਘਾਤਕ ਹੈ ਔਰ ਇਹਦੇ ਨਾਲ ਕਿਸਾਨ ਹੈ ਜਿਹੜਾ ਉਹ ਮਾਰਿਆ ਜਾਊਗਾ ਕਿਉਂਕਿ ਜਿਸ ਤਰ੍ਹਾਂ ਕਿਸਾਨ ਦੇ ਜਿੰਮੇ ਕਰਜ਼ਾ ਹੈ ਖੁਦਕਸ਼ੀਆਂ ਕਰ ਰਿਹਾ ਮਰ ਰਿਹਾ ਕਿਸਾਨ ਔਰ ਉਹਨੂੰ ਰਾਹਤ ਦੇਣ ਦੀ ਕੋਈ ਗੱਲ ਹੈ ਜਿਹੜੀ ਉਹ ਇੱਕ ਨਿਗੂਣੀ ਰਾਹਤ ਹੁੰਦੀ ਹੈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪੰਜਾਬ ਸਰਕਾਰ ਨੇ ਵੀ ਕਰਜ਼ਾ ਕਿਸਾਨਾਂ ਦਾ ਮਾਫ਼ ਕਰਦੇ ਹਾਂ 8,000 ਕਰੋੜ ਰੁਪਈਆ ਮਾਫ਼ ਕੀਤਾ ਲੇਕਿਨ ਬਿਜਲੀ ਦੇ ਬਿੱਲ ਵਧਾ ਕੇ ਜਿਹੜੇ ਘਰੇਲੂ ਖਪਤ ਦੇ ਨੇ ਬਿਜਲੀ ਦੇ ਬਿੱਲ ਵਧਾ ਕੇ 1,000 ਕਰੋੜ ਰੁਪਈਆ ਸਾਡੀਆਂ ਜੇਬਾਂ 'ਚੋਂ ਕੱਢ ਲਿਆ ਕਿਸਾਨਾਂ ਦੇ ਅਤੇ ਇਸੇ ਤਰ੍ਹਾਂ ਅੱਜ ਡੀਜ਼ਲ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਉੱਪਰ ਜਾ ਰਹੀਆਂ ਨੇ ਸੋ ਕਿਸਾਨ ਕਿਸ ਤਰ੍ਹਾਂ ਬਚੂਗਾ ਇਹ ਇਸ ਗੱਲ ਦੇ ਨਾਲ ਤੱਕ ਮੈਂ ਸਮਝਦਾ ਵੀ ਮੋਦੀ ਸਾਹਿਬ ਨੇ ਕਿਸਾਨਾਂ ਦਾ ਧੂੰਆਂ ਕੱਢ ਦਿੱਤਾ ਕਿਸਾਨ ਬਚਣ ਦੇ ਕਿਨਾਰੇ ਨਹੀਂ ਹੈ ਕਿਸਾਨ ਨੂੰ ਬਚਾਉਣ ਦੀ ਲੋੜ ਸੀ ਕਿਸਾਨ ਦੀ ਬਾਂਹ ਫੜਨ ਦੀ ਲੋੜ ਸੀ ਪਰ ਅੱਜ ਕਿਸਾਨ ਨੂੰ ਮਾਰਿਆ ਜਾ ਇਹ ਤਾਂ ਹਰ ਰੋਜ਼ ਡੀਜ਼ਲ ਦੇ ਚੜ੍ਹੇ ਸੂਰਜ ਪਤਾ ਲੱਗਦਾ ਵੀ ਅੱਜ 92 ਪੈਸੇ ਵੱਧ ਗਿਆ 1.5 ਰੁਪਈਆ ਵੱਧ ਗਿਆ ਲੀਟਰ ਅੱਜ 50 ਪੈਸੇ ਵੱਧ ਗਿਆ ਹਰ ਰੋਜ਼ ਡੀਜ਼ਲ ਪੈਟਰੋਲ ਹਰ ਰੋਜ਼ ਵੱਧਦਾ ਜੋ ਕਿ ਕਿਸਾਨਾਂ ਦੀ ਪਹੁੰਚ ਤੋਂ ਇਹ ਬਾਹਰ ਹੋ ਰਿਹਾ ਖੇਤੀ ਕਰਨੀ ਵੀ ਔਖੀ ਹੋ ਗਈ ਕਿਉਂ ਲੋਕ ਹੁਣ ਘਰਾਂ 'ਚ ਟਰੈਕਟਰ ਵੀ ਚਲਾਉਣੋਂ ਹਟ ਗਏ ਲੋਕ ਕਿਤੇ ਅੱਗੇ ਤਾਂ ਊਂ ਲਈ ਫਰੀਆਂ ਦੇ ਸੜਕਾਂ 'ਤੇ ਆਪਦੇ ਕੰਮ ਕਰਨ ਨੂੰ ਵੀ ਲੋਕ ਗਰੇਜ ਕਰਨ ਲੱਗ ਗਏ ਕਿਉਂ ਡੀਜ਼ਲ ਮਹਿੰਗਾ ਬਹੁਤ ਹੈ ਇਹਦੀ ਸੋਚ ਤੋਂ ਆਪਣੇ ਪਹੁੰਚ ਤੋਂ ਬਾਹਰ ਹੋ ਗਿਆ ਡੀਜ਼ਲ।